Assalamu alaikum. Again, Rizwan Shah sahab. ਇਹ ਜੀ ਮੈਂ ਇੱਕ ਬਵਾਸੀਰ ਵਾਸਤੇ ਇੱਕ ਗੋਲੀਆਂ ਬਣਾ ਰਿਹਾ ਜੀ। ਇਹਦੇ ਇਜਜ਼ਾ ਮੁਰਦਾ ਸੰਘ 5 ਤੋਲਾ, ਸਮੁੰਦਰ ਝੱਗ 5 ਤੋਲਾ, ਹਲੀਲਾ ਸਿਆਹ 5 ਤੋਲਾ, ਸਦਫ 5 ਤੋਲਾ ਔਰ ਨੀਲਾ 1 ਤੋਲਾ, ਕੌਡੀ ਜ਼ਰਦ 5 ਤੋਲਾ। ਲਿੰਬੂ ਦੇ ਪਾਣੀ ਵਿੱਚ 8 ਦਿਨ ਖਰਲਾਈ ਕਰਨੀ ਹੈ ਜੀ। ਟੋਟਲ ਇਹਦੀ 32 ਘੰਟੇ ਖਰਲਾਈ ਹੈ ਜੀ। ਪਾਣੀ ਨਿੰਬੂ ਦਾ ਜਿੰਨਾ ਵੀ ਲੱਗ ਜਾਏ ਇਹਦੀ ਕੋਈ ਕੈਦ ਨਹੀਂ ਹੈ। ਗੋਲੀ ਬਣਨੀ ਹੈ ਜੀ ਇਹਦੀ, ਨਾ ਖੁਦ ਹੀ ਗੋਲੀ, ਇੱਕ ਗੋਲੀ ਰੋਜ਼ ਦੁੱਧ ਦੇ ਨਾਲ। ਹਵਾ ਕੋਈ ਵੀ ਬਵਾਸੀਰ ਹੈ ਕਿਸੇ ਵੀ ਕਿਸਮ ਦੀ, ਅਗਰ ਮੌਕਿਆਂ ਵਾਲੀ ਬਿਮਾਰੀ ਹੈ, ਮੌਕਿਆਂ ਵਾਲੀ ਬਵਾਸੀਰ ਹੈ, ਇੱਕ ਖਾਣ ਵਾਸਤੇ ਦਿਓ ਅਤੇ ਦੂਸਰਾ ਇੱਕ ਗੋਲੀ ਦਾ ਪੇਸਟ ਬਣਾ ਕੇ ਜਿਹੜੇ ਮੌਕੇ ਬਣ ਜਾਂਦੇ ਨੇ ਜੀ ਉਹਨਾਂ ਦੇ ਬਿਲਕੁਲ ਜੜ੍ਹ ਦੇ ਨਾਲ ਇਹਦਾ ਪੇਸਟ ਬਣਾ ਕੇ ਲਾ ਦੇਣਾ। ਠੀਕ 20 ਦਿਨਾਂ ਦੇ ਵਿੱਚ ਇਹ ਮੌਕੇ ਮਸੇ ਵੀ ਜਿਹੜੇ ਹੈ ਨੇ ਇਹ ਵੀ ਖਤਮ ਹੋ ਜਾਣੇ ਅਤੇ ਬਵਾਸੀਰ ਵੀ ਖਤਮ ਹੋ ਜਾਣੀ। ਬਾਕੀ ਦੂਸਰੀ ਇਨਸ਼ਾਅੱਲਾ ਬਵਾਸੀਰ ਜਿਹੜੀ ਖੂਨੀ ਹੈਗੀ ਆ ਉਹਦੇ ਵਾਸਤੇ ਮੈਂ ਨੁਸਖਾ ਇੱਕ ਤੁਹਾਨੂੰ ਦੂਸਰਾ ਭੇਜਾਂਗਾ, ਥੋੜ੍ਹਾ ਜਿਹਾ ਉਹ ਪ੍ਰੈਕਟੀਕਲ, ਅਗਰ ਤੁਸੀਂ ਆਪਣੇ ਬਲਕਿ ਇਹ ਆਪਣੇ ਯੂਨੀਫਿਕੇਸ਼ਨ ਚੈਨਲ 'ਤੇ ਤਮਾਮ ਚੈਨਲ ਲਏ ਜਿੰਨੇ ਵੀ ਤਬਾਹ ਕਰਾਮ ਹੈ ਉਹਨਾਂ ਵਾਸਤੇ ਜੀ ਇਹ ਨੁਸਖਾ। ਲੇਕਿਨ ਇਹਦੇ ਵਿੱਚ ਇੱਕ ਗੱਲ ਹੈ ਬਈ, ਫਾਇਦਾ ਹੈ ਉਹਨੂੰ, ਉਸ ਹਕੀਮ ਨੂੰ ਦੇਗੀ ਗੋਲੀ ਜਿਹੜਾ ਇਹਦਾ ਮੁਨਾਫਾ ਪੂਰਾ ਜਿਹਾ ਮੁਨਾਫਾ ਲੈਣਗੇ। ਗੋਲੀ ਬਹੁਤ ਕਮਾਲ ਦੀ ਹੈ, ਲੇਕਿਨ ਇਹਦਾ ਜਿੱਥੋਂ ਮੈਨੂੰ ਮਿਲਿਆ ਨੁਸਖਾ ਉਹਨਾਂ ਦੀ ਬਿਲਕੁਲ ਇੱਕ ਨਾ ਹੱਦ ਹੈ ਕਿ ਇਹ ਕਾਰੋਬਾਰੀ ਹਜ਼ਰਾਤ ਨਹੀਂ ਬਣਾਉਣਗੇ। ਜਿਹੜੇ ਲੋਕ ਖੌਫੇ ਖੁਦਾ ਰੱਖਦੇ ਤਬਾਹ ਕਰਾਮ ਆਪਣੇ ਯਾਨੀ ਕਿ ਮਤਲਬ ਵਿੱਚ ਬਣਾ ਕੇ ਰੱਖਣ, ਲੇਕਿਨ ਇਹਦਾ ਯਾਨੀ ਕਿ ਜ਼ਿਆਦਾ ਲੰਮਾ ਚੌੜਾ ਕਾਰੋਬਾਰ ਨਹੀਂ ਕਰਨਾ। ਬਹੁਤ ਕਮਾਲ ਦੀ ਗੋਲੀ ਹੈ ਅਤੇ ਪੇਸ਼ੇ ਖਿਦਮਤ ਹੈ ਜੀ ਤੁਹਾਡੇ।